ਸੇਵਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਮਨਜਿੰਦਰ ਸਿੰਘ ਕੰਗ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਆਪ ਸਭ ਨੂੰ ਪਤਾ ਹੈ ਕਿ ਸਰਪੰਚੀ ਦੀ ਇਲੈਕਸ਼ਨ ਬਿਲਕੁਲ ਸਿਖਰਾਂ 'ਤੇ ਆ। ਹਰ ਪਾਰਟੀ ਨੇ ਪਿੰਡਾਂ ਦੇ ਵਿੱਚ ਆਪਣੇ ਆਪਣੇ ਉਮੀਦਵਾਰ ਉਲਾਨ ਦਿੱਤੇ ਆ, ਅਤੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਸਿੱਧਵਾਂ, ਜੋ ਹਲਕਾ ਮਜੀਠਾ ਦੇ ਪਿੰਡ ਨੇ, ਅਤੇ ਇੱਥੋਂ ਦੇ ਸਰਦਾਰ ਜਸਵਿੰਦਰ ਸਿੰਘ ਜੋ ਕਾਂਗਰਸ ਵੱਲੋਂ ਕੈਂਡੀਡੇਟ ਨੇ, ਅਤੇ ਅੱਜ ਤੁਹਾਡੀ ਗੱਲਬਾਤ ਕਰਾਉਂਦੇ ਹਾਂ ਉਹਨਾਂ ਨਾਲ। ਕਿਉਂਕਿ ਹਰ ਇੱਕ ਬੰਦੇ ਦਾ ਕੋਈ ਸੁਪਨਾ ਹੁੰਦਾ, ਕੋਈ ਏਮ ਹੁੰਦਾ ਕਿ ਮੈਂ ਜਿੱਤ ਕੇ ਆਹ ਕਰੂੰਗਾ ਜਨਤਾ ਲਈ, ਅਤੇ ਅੱਜ ਇਹਨਾਂ ਨਾਲ ਕਰਦੇ ਹਾਂ ਗੱਲਬਾਤ ਵੀ ਕੀ ਕਰਨ ਜਾ ਰਹੇ। ਸਭ ਤੋਂ ਪਹਿਲਾਂ ਸਰਦਾਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਜੀ, ਹਰ ਇੱਕ ਬੰਦੇ ਦਾ ਕੋਈ ਸੁਪਨਾ ਹੁੰਦਾ, ਕੋਈ ਏਮ ਹੁੰਦਾ ਵੀ ਮੈਨੂੰ ਲੋਕ ਵੋਟਾਂ ਪਾ ਕੇ ਜਿਤਾਉਣ, ਮੈਂ ਆਹ ਕਰੂੰਗਾ, ਕੀ ਕਰਨ ਜਾ ਰਿਹਾ? ਸਭ ਤੋਂ ਪਹਿਲਾਂ ਮੈਂ ਚਾਹੂੰਗਾ ਬੱਚਿਆਂ ਦਾ ਭਵਿੱਖ ਬਾਰੇ। ਠੀਕ ਹੈ ਜੀ। ਉਹ ਸਭ ਤੋਂ ਪਹਿਲਾਂ ਮਾਰੇ ਪਿੰਡ ਗਰਾਊਂਡ ਹੈ ਨਹੀਂ, ਪਹਿਲਾਂ ਬਣੀ ਗਰਾਊਂਡ ਬਣਾਉਣੀ, ਨਵੀਂ ਤਿਆਰ ਕਰ ਰਹੇ ਹਾਂ, ਬੱਚਿਆਂ ਅਤੇ ਅਕੈਡਮੀ ਸ਼ਹਿਰ ਬਣਾਈਏ, ਜ਼ੋਰ ਲਾ ਕੇ ਜਿੰਨਾ ਵੀ ਲੱਗੂਗਾ ਜ਼ੋਰ, ਬਾਕੀ ਹੋਰ ਵੀ ਜੋ ਵੀ ਸੁਧਾਰ ਆ ਜਿੰਨਾ ਵੀ ਆਉਂਦਾ ਕਰਾਂਗੇ ਜਿੰਨਾ ਜ਼ੋਰ ਹੋਊਗਾ। ਠੀਕ ਹੈ ਜੀ। ਆਪ ਜੀ ਦੇ ਪਿੰਡ ਵਿੱਚ ਕੋਈ ਸਕੂਲ ਹੈਗਾ ਜੀ? ਸਕੂਲ ਪਹਿਲਾਂ ਸਾਡਾ ਟਾਹਲੀ ਸਾਹਿਬ ਦੇ ਸਿੱਧਵਾਂ ਇਕੱਠਾ ਜੀ। ਠੀਕ ਹੈ ਜੀ। ਅਤੇ ਹੁਣ ਅਲੱਗ ਅਲੱਗ ਹੋ ਗਏ ਆ, ਹੁਣ ਇੱਕ ਛੋਟਾ ਸਕੂਲ ਆ, ਸੈਕੰਡਰੀ ਸਕੂਲ, ਮੈਂ ਛੋਟਾ ਹੀ ਬੱਚਾ ਆ ਫਿਰ, ਬਾਕੀ ਵੱਡਾ ਸਕੂਲ ਹੈ ਨਹੀਂ ਕੋਈ। ਆਪ ਜੀ ਦੇ ਪਿੰਡ ਵਿੱਚ ਕੋਈ ਲਾਇਬ੍ਰੇਰੀ, ਡਿਸਪੈਂਸਰੀ, ਕੋਈ ਪਸ਼ੂਆਂ ਦਾ ਹਸਪਤਾਲ? ਨਾ, ਕੁਝ ਨਹੀਂ ਹੈਗਾ। ਅਗਰ ਜੇ ਤੁਸੀਂ ਬਣ ਜਾਂਦੇ ਹੋ ਤਾਂ ਕੋਸ਼ਿਸ਼ਾਂ ਕਰੋਗੇ ਇਹੋ ਜਿਹੀਆਂ? ਕੋਸ਼ਿਸ਼ਾਂ ਪੂਰੀਆਂ ਕਰਾਂਗੇ, ਜਿੰਨਾ ਵੀ ਅੱਗੋਂ ਸਹੂਲਤਾਂ ਮਿਲੀਆਂ ਕਰਾਂਗੇ ਜਿੰਨੀਆਂ ਵੀ ਹੋਈਆਂ। ਆਪ ਜੀ ਨੇ ਇੱਕ ਸੋਸ਼ਲ ਮੀਡੀਆ 'ਤੇ ਦੇਖਿਆ ਹੈਗਾ, ਅੱਜ ਕੱਲ੍ਹ ਨਸ਼ੇ ਦੀ ਲਪੇਟ ਵਿੱਚ ਆ ਕੇ ਬਹੁਤ ਮਾਵਾਂ ਦੇ ਪੁੱਤ ਮਰ ਰਹੇ ਨੇ, ਅਤੇ ਇਸ ਪਿੰਡ ਦੀ ਕੀ ਪੁਜੀਸ਼ਨ ਆ ਜੀ? ਸਾਡੇ ਪਿੰਡ ਦੀ ਬਿਲਕੁਲ ਸਹੀ ਪੁਜੀਸ਼ਨ ਹੈ, ਕੋਈ ਨਹੀਂ ਆਇਆ ਹੈ ਹਾਲ ਤੱਕ, ਬਿਲਕੁਲ ਠੀਕ ਹੈ, ਨਾ ਕੋਈ ਵੇਚਦਾ ਨਾ ਕੋਈ ਖਾਂਦਾ, ਹਾਂ ਬਿਲਕੁਲ ਠੀਕ ਹੈ, ਹਾਲ ਤੱਕ ਚੱਲ ਰਿਹਾ। ਇੱਕ ਜੀ, ਜ਼ਿਲ੍ਹੇ ਦੇ SSP ਸਾਹਿਬ ਵੱਲੋਂ ਹਰ ਪਿੰਡਾਂ ਦੇ ਵਿੱਚ ਮੀਟਿੰਗਾਂ ਕੀਤੀਆਂ ਗਈਆਂ, ਇਸ ਪਿੰਡ ਵਿੱਚ ਹੋਈ? ਹਾਂ, ਇੱਕ ਦਿਨ ਆਏ ਸਾਡੇ ਪਿੰਡ SHO ਆਏ, ਚੌਂਕੀ ਆਏ, ਟਾਹਲੀ ਸਾਹਿਬ ਵਾਲੇ, ਹਾਂ ਉਹ ਦੱਸ ਕੇ ਗਏ ਜੋ ਵੀ ਤੈਨੂੰ ਕੋਈ ਪ੍ਰੋਬਲਮ ਹੈ ਦੱਸਣਾ ਸਾਨੂੰ ਪਹਿਲਾਂ, ਤਾਂ ਕਿ ਤੁਹਾਨੂੰ ਦੱਸਾਂਗੇ ਜੋ ਵੀ ਗੱਲ ਪਤਾ ਹੋਊਗਾ ਜੀ। ਹੋਰ ਕਿਹੜੇ ਕਿਹੜੇ ਮੁੱਦੇ ਹੋਣਗੇ ਜੀ ਤੁਹਾਡੇ? ਹੋਰ ਤਾਂ ਜ਼ਿਆਦਾ ਜਵਾਨਾਂ ਦਾ ਰੁਜ਼ਗਾਰ ਹੈ, ਨਾਲੀ ਗਲੀਆਂ ਪੱਕੀਆਂ ਕਰਨਾ, ਅਤੇ ਅਸੀਂ ਗ੍ਰਾਂਟਾਂ ਨਹੀਂ ਮੰਗਣੀਆਂ, ਅਸੀਂ ਰੁਜ਼ਗਾਰ ਜਿੰਨਾ ਵੀ ਬੱਚਿਆਂ ਨੂੰ ਦੇਣਾ ਦਵਾਉਣਾ, ਨੌਕਰੀਆਂ ਦਵਾਉਣੀਆਂ ਬੱਚਿਆਂ ਨੂੰ। ਸਾਨੂੰ ਨਾਲੀਆਂ ਗਲੀਆਂ ਦਾ ਹਰ ਸਾਲ ਬਾਅਦ ਕਹਿੰਦੇ ਆ ਨਾਲੀਆਂ ਪੱਕੀਆਂ ਗ੍ਰਾਂਟ ਆਉਣੀ, ਸਾਲਾਂ ਨਾਲੀਆਂ ਦੀ ਗ੍ਰਾਂਟ ਆਉਣੀ, ਨਾਲੀਆਂ ਦੇ ਹਰ ਸਾਲ ਬਣਦੀਆਂ, ਪਰ ਬੱਚਿਆਂ ਨੂੰ ਰੁਜ਼ਗਾਰ ਕੋਈ ਨਹੀਂ ਦਿੰਦਾ ਘਰੇ। ਸਾਨੂੰ ਇਹ ਜ਼ਰੂਰੀ ਹੈ ਰੁਜ਼ਗਾਰ ਜਿੰਨਾ ਵੀ ਦਿੱਤਾ ਜਾਵੇ ਦੇਵਾਂਗੇ। ਇਸ ਟਾਈਮ ਇਸ ਪਿੰਡ ਦਾ ਵਿਕਾਸ ਕਿਸ ਤਰ੍ਹਾਂ ਦਾ ਜੀ? ਵਿਕਾਸ ਬਹੁਤ ਚੰਗਾ ਵੀ ਨਹੀਂ, ਮਾੜਾ ਵੀ ਨਹੀਂ ਹੈ, ਬਿਲਕੁਲ ਟਿੱਟ ਅੱਧ ਅੱਧ ਵਿਚਾਰ ਆ। ਹਾਂਜੀ, ਲੇਕਿਨ ਪਿੱਛੇ ਗ੍ਰਾਂਟਾਂ ਬਹੁਤ ਆਈਆਂ ਪਰ ਕੰਮ ਨਹੀਂ ਹੋਇਆ ਪੂਰਾ, ਜੋ ਚਾਹੀਦਾ ਸੀ ਨਹੀਂ ਕੰਮ ਹੋਇਆ। ਠੀਕ ਹੈ। ਹਾਂਜੀ, ਬਹੁਤ ਬਹੁਤ ਸ਼ੁਕਰਗੁਜ਼ਾਰਾਂ ਸੀ ਸਰਦਾਰ ਹੋਣਾ ਨੇ ਵੀ ਸਭ ਤੋਂ ਪਹਿਲਾਂ ਐਜੂਕੇਸ਼ਨ 'ਤੇ ਇਹ ਮੁੱਦਾ ਉਠਾਇਆ, ਕਿਉਂਕਿ ਸਾਡੇ ਦੇਸ਼ ਦੀ ਜਿਹੜੀ ਐਜੂਕੇਸ਼ਨ ਆ ਬਹੁਤ ਇਸ ਟਾਈਮ ਮਾੜੀ ਆ, ਅਤੇ ਸਰਦਾਰ ਜਸਵਿੰਦਰ ਸਿੰਘ ਹੋਣਾ ਵੀ ਸਭ ਤੋਂ ਪਹਿਲਾ ਮੁੱਦਾ ਜਿਹੜਾ ਐਜੂਕੇਸ਼ਨ ਦਾ ਹੀ ਸਾਡੇ ਚੈਨਲ 'ਤੇ ਮਾਧਿਅਮ ਦੇ ਗੱਲਬਾਤ ਕਰਦਿਆਂ ਦੱਸਿਆ ਹੈ। ਅਤੇ ਹੋਰ ਕੋਈ ਕੀ ਭਾਵਨਾ ਜੀ ਤੁਹਾਡੇ ਦਿਲ ਦੀ? ਹੋਰ ਮੈਂ ਪਹੁੰਚ ਰਿਟਾਇਰ ਹੋ ਗਿਆ, ਜਿੰਨੇ ਵੀ ਜੀ ਕਰਦਾ ਮੈਂ ਬੱਚੇ ਤਿਆਰ ਕਰਨੇ ਆ ਔਰ ਪਹੁੰਚ ਭਰਤੀ ਕਰਾਉਣੇ ਆ। ਹਾਂਜੀ, ਔਰ ਪਹੁੰਚ ਮੈਂ 1900 ਸਰਵਿਸ ਕਰਕੇ ਆਇਆ। ਹਾਂਜੀ, ਤੁਹਾਡੇ ਪਿੰਡ ਵਿੱਚ ਜਿੰਮ ਹੈਗਾ ਜੀ ਬੱਚਿਆਂ ਲਈ? ਜਿੰਮ ਹੈ ਨਹੀਂ, ਉਹ ਨਿਕਲ ਜਾ ਕੇ ਬਣਾਇਆ ਹੀ ਦਿੱਤਾ ਸੀ ਸਮਾਨ, ਪਤਾ ਨਹੀਂ ਕਿੱਥੇ ਗੁੰਮ ਗੁੰਮ ਕਰਤਾ ਨਾਨੇ ਸਰਪੰਚ ਨੇ। ਹਾਂਜੀ, ਹੁਣ ਨਵਾਂ ਜਿੰਮ ਬਣਾਵਾਂਗੇ, ਤਿਆਰ ਕਰਾਂਗੇ ਸਕੂਲ ਦੇ ਵਿੱਚ, ਸਕੂਲ ਵੀ ਸਾਈਡ 'ਤੇ ਹੋ ਗਿਆ, ਸਕੂਲ ਦੇ ਕੋਈ ਗਾਰਡ ਲਾਉਣਾ ਪਊਗਾ, ਪੱਕਾ ਕੰਮ ਬੋਲੂਗਾ, ਨਹੀਂ ਚੋਰੀ ਬਹੁਤ ਹੁੰਦੀ ਹੈ ਇੱਦਾਂ। ਕਿੰਨੀ ਕੁ ਵੋਟ ਆ ਜੀ ਇਸ ਪਿੰਡ ਦੀ? ਤੇਵਨ ਦੀ ਵੋਟ 650 ਹੈ ਜੀ। ਇੱਥੇ ਗਰੀਬ ਵਰਗ ਦੇ ਲੋਕ ਕਿੰਨੇ ਕੁ ਹੋਣਗੇ ਜਿਹਨਾਂ ਨੂੰ ਆਟਾ ਦਾਲ ਸਕੀਮ ਇੱਕ ਕੈਪਟਨ ਸੋਰੀ ਪ੍ਰਕਾਸ਼ ਸਿੰਘ ਬਾਦਲ ਸਾਹਿਬ ਵੱਲੋਂ ਕੀਤੀ ਗਈ? ਗਰੀਬ ਲੋਕ ਮੇਰੇ ਹਿਸਾਬ ਨਾਲ 18 ਕਾਰਡ ਨੀਲੇ ਆ। ਅੱਛਾ ਜੀ।
ਤੇ ਬਾਕੀ ਕੁਝ ਰਾਸ਼ਨ ਕਾਰਡ ਹੈ ਜੋ ਗਰੀਬਾਂ ਦੇ, ਮੇਰਾ 600 ਤੱਕ ਸਾਰਾ ਹੁਣ ਤੱਕ ਕਲੀਅਰ ਹੈ, 350 ਤੱਕ ਹੋਊਗਾ। ਤੁਹਾਡੇ ਨੋਟਿਸ ਦੇ ਅਨੁਸਾਰ ਜਿਹੜੀ ਇਹ ਆਟਾ ਦਾਲ ਸਕੀਮ ਚਲਾਈ ਗਈ ਸੀ, ਤੁਹਾਡੇ ਨੋਟਿਸ ਦੇ ਅਨੁਸਾਰ ਸਹੀ ਘਰਾਂ 'ਚ ਪਹੁੰਚ ਰਹੀ ਹੈ ਕਿ ਇਹਦੀ ਦੁਰਵਰਤੋਂ ਹੋ ਰਹੀ ਹੈ? ਇਹਦੀ ਦੁਰਵਰਤੋਂ ਬਹੁਤ ਹੋਈ ਹੈ। ਹਾਂ, ਇਹ ਖੁਦ ਮੈਂ ਆਪਣੀ ਅੱਖੀ ਖੁਦ ਦੇਖਿਆ ਵਾ, ਜਿਹਨੂੰ ਨੀਲੇ ਕਾਰਡ ਦੇ ਵਿੱਚ ਜਾ ਕੇ ਕਣਕ ਮਿਲਣੀ ਉਹਨੂੰ ਦਿੰਦੇ ਘੱਟ। ਇਹ ਸਭ ਵਿੱਚ ਇਹ ਘਪਲਾ ਕਰਨ ਦੇ ਸਾਰੇ ਨਿੰਬੂ ਵਾਲੇ, ਅਤੇ ਡਰ ਤਾਂ ਕੋਈ ਬੋਲਦਾ ਨਹੀਂ, ਉਹ ਚਾਹੇ ਜੋ ਦੇਣਦਾ ਉਹ ਲੈ ਰਹੇ, ਚਲ ਜਾਂਦੇ ਆ। ਹਾਂ, ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੀ। ਇਹ ਸੀ ਸਰਦਾਰ ਜਸਵਿੰਦਰ ਸਿੰਘ ਜੀ, ਜੋ ਕਾਂਗਰਸ ਵੱਲੋਂ ਐਤਕੀ ਕੈਂਡੀਡੇਟ ਨੇ, ਅਤੇ ਹੁਣ ਤੁਹਾਡੀ ਅਸੀਂ ਅਗਲੇ ਨਵੇਂ ਪਿੰਡ ਕਿਸੇ ਹੋਰ ਪਿੰਡ ਜਾ ਕੇ ਨਵੇਂ ਕੈਂਡੀਡੇਟ ਜਾਂ ਸਰਪੰਚ ਦੇ ਨਾਲ ਗੱਲਬਾਤ ਕਰਾਵਾਂਗੇ। ਮੈਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ।